ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਪਾਂ ਜਿਹੜਾ ਕਿਸਾਨ ਮੋਰਚੇ ਦੇ ਨਾਲ ਨੌਜਵਾਨਾਂ ਦੀ ਜਿਹੜੀ ਨਾਰਾਜ਼ਗੀ ਆ ਚੱਲ ਰਹੀ ਸੀ ਉਹਨੂੰ ਦੂਰ ਕਰਨ ਵਿੱਚ ਜਿਹੜਾ ਆਪਾਂ ਕੁਸ਼ਚਨ ਕੀਤਾ ਉਹਨੂੰ ਆਪਾਂ 25 ਮਾਰਚ ਨੂੰ ਜ਼ਮੀਨ ਤੇ ਉਤਾਰਨਾ। ਉਸ ਦਿਨ ਆਪਾਂ ਮੋਗੇ ਤੋਂ ਇੱਕ ਵੱਡਾ ਨੌਜਵਾਨਾਂ ਦਾ ਮਾਰਚ ਲੈ ਕੇ ਸਮੂਹ ਬਾਰਡਰ ਤੱਕ ਜਾਣਾ। ਇਸ ਲਈ ਮੇਰੀ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਟਾਰਟਿੰਗ ਮੋਗੇ ਚ ਜਿਹੜੇ ਪਹੁੰਚ ਸਕਦੇ ਮੋਗੇ ਪਹੁੰਚਣ, ਸ਼ੰਭੂ ਜਿਹੜੇ ਪਹੁੰਚ ਸਕਦੇ ਸ਼ੰਭੂ ਪਹੁੰਚਣ, ਇਸ ਤੋਂ ਅੱਗੇ ਜਿੱਥੇ ਜਿੱਥੇ ਜਾ ਸਕਦੇ ਆ ਉਹ ਇਸ ਮੋਰਚੇ ਵਿੱਚ ਸ਼ਾਮਲ ਹੋਣ, ਤਾਂ ਕਿ ਆਪਾਂ ਮੋਰਚੇ ਦੇ ਆਗੂਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਤੁਹਾਡੇ ਨਾਲ ਹਾਂ ਤੇ ਮੋਰਚੇ ਦੇ ਦੁਸ਼ਮਣਾਂ ਨੂੰ ਇਹ ਸਲਾਹ ਦੇਣਾ ਕਿ ਤੁਹਾਡੀ ਕੋਈ ਚਾਲ ਅਸੀਂ ਚੱਲਣ ਨਹੀਂ ਦੇਵਾਂਗੇ, ਅਸੀਂ ਕੱਲ੍ਹ ਵੀ ਮੋਰਚੇ ਨਾਲ ਸੀ ਤੇ ਅੱਜ ਵੀ ਮੋਰਚੇ ਨਾਲ। ਮੈਂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਪਾਂ ਜਿਹੜਾ ਕਿਸਾਨ ਮੋਰਚੇ ਦੇ ਨਾਲ ਨੌਜਵਾਨਾਂ ਦੀ ਜਿਹੜੀ ਨਾਰਾਜ਼ਗੀ ਆ ਚੱਲ ਰਹੀ ਸੀ